ਕੱਲ੍ਹ ਮੈਂ ਉਹਨਾਂ ਦੇ ਘਰੇ ਗਈ ਜ਼ਰੂਰ ਸੀ ਸਾਹਿਲ ਦੇ, ਮੇਰੇ ਨਾਲ ਸਾਲ ਭਰ ਰਿਹਾ ਉਹ, ਸਾਡੇ ਨਾਲ ਵਧੀਆ ਚੱਲਦਾ ਸੀ, ਮੈਨੂੰ ਪਾਰਕ 'ਚ ਮਿਲਿਆ ਸੀਗਾ ਉਹ, ਸਾਲ ਰਿਹਾ ਮੈਂ ਆਪਣੇ ਘਰਦਿਆਂ ਦੇ ਵਰਖਲਾਫ ਹੋ ਕੇ ਉਹਦੇ ਨਾਲ ਰਹੀ ਸੀਗੀ, ਠੀਕ ਹੈ। ਹੁਣ ਉਹ ਮੈਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਰਹਿਣਾ ਨਹੀਂ, ਪਹਿਲੇ ਉਹ ਵਿਆਹਿਆ ਵੀ ਸੀਗਾ, ਸਾਰਾ ਕੁਛ ਮੈਨੂੰ ਬਾਅਦ 'ਚੋਂ ਪਤਾ ਚੱਲਿਆ, ਉਹਦੀ ਇੱਕ ਬੇਟੀ ਵੀ ਹੈਗੀ ਹੈ ਸਾਲ ਦੀ, ਠੀਕ ਹੈ। ਮੈਂ ਇਹ ਚਾਹੁੰਦੀ ਹਾਂ ਕਿ ਉਹ ਮੈਨੂੰ ਧਮਕੀਆਂ ਨਾ ਦੇਵੇ, ਕੁਛ ਨਾ ਦੇਵੇ, ਮੈਂ ਉਹਦੇ ਤੋਂ ਕੁਛ ਨਹੀਂ ਚਾਹੁੰਦੀ ਉਹਦੇ ਨਾਲ। ਉਹਨਾਂ ਦੇ ਘਰੇ ਨਾ ਅਸੀਂ ਇੱਟਾਂ ਮਾਰੀਆਂ, ਕੁਛ ਨਹੀਂ ਕੀਤਾ, ਮੈਂ ਇਕੱਲੀ ਗਈ ਸੀ ਨਾਲੇ, ਕੋਈ ਵੀ ਨਹੀਂ ਨਾਲ ਘਰੇ ਗਿਆ ਸੀ ਮੇਰੇ, ਮੈਂ ਇਕੱਲੀ ਗਈ ਸੀ ਉਹਨਾਂ ਦੇ ਘਰੇ। ਔਰ ਮੈਂ ਇੱਟ ਜ਼ਰੂਰ ਮਾਰੀ ਪਰ ਉਹਨਾਂ ਦੇ ਗੇਟ 'ਤੇ ਮਾਰੀ ਸਭ ਤੋਂ ਨੀਚੇ, ਔਰ ਕਿਸੇ 'ਤੇ ਲੱਗੀ ਵੀ ਨਹੀਂ, ਕੰਧ 'ਤੇ ਲੱਗੀ ਸੀਗੀ ਉਹ ਇੱਟ, ਉੱਪਰ ਅਸੀਂ ਇੱਟਾਂ ਨਹੀਂ ਮਾਰੀਆਂ, ਸਾਰਾ ਕੁਛ ਝੂਠ ਬੋਲ ਰਿਹਾ ਜੋ ਕੁਛ ਵੀ ਕਹਿ ਰਿਹਾ। ਮੈਂ ਇੰਨਾ ਚਾਹੁੰਦੀ ਹਾਂ ਕਿ ਉਹ ਬਸ ਮੈਨੂੰ ਪਰੇਸ਼ਾਨ ਨਾ ਕਰੇ। ਪੁਨੀਤ ਨਗਰ ਰਹਿੰਦਾ ਜੀ ਕਿਰਾਏ 'ਤੇ, ਕੀ ਨਾਮ ਹੈ ਜੀ ਉਹਨਾਂ ਦਾ? ਕਿਸ਼ਨਪਾਲ। ਕਿਸ਼ਨਪਾਲ, ਉਹਦੇ ਨਾਲ ਕੌਣ ਕੌਣ, ਕਿੰਨੇ ਕੁ ਬੰਦੇ ਆਏ ਸੀ ਇੱਥੇ? ਤਿੰਨ ਜਨਾਨੀਆਂ ਸੀ, ਬਾਕੀ ਬੰਦੇ ਸੀ। ਪਛਾਣਦੇ ਹੋ ਜਿਹੜੇ ਜਿਹੜੇ ਆਏ ਸੀ? ਹਾਂ ਪਛਾਣਾਂਗੇ ਜੀ ਅਸੀਂ। ਕੀ ਕੀ ਨਾਮ ਜੀ ਜਿਹਨੇ ਜਿਹੜੇ, ਜਿਹਨਾਂ ਨੂੰ ਜਾਣਦੇ? ਇੱਕ ਬਿੱਲੋ ਆ ਦੀ ਮਾਂ ਵਾ, ਪਿਓ ਆ ਅਤੇ ਦੋ ਭੈਣਾਂ। ਅਤੇ ਇੱਥੇ ਕਿੰਨੇ ਕੁ ਵਜੇ ਆਏ? ਭਰਾ ਵੀ ਸੀ ਚਾਚਾ। ਕਿੰਨੇ ਵਜੇ ਦੀ ਗੱਲਬਾਤ ਹੈ ਜੀ? ਸਾਢੇ ਬਾਰਾਂ ਵਜੇ ਦੀ ਰਾਤ। ਸਾਢੇ ਬਾਰਾਂ ਵਜੇ, ਹਾਂਜੀ। ਦੋ ਤਿੰਨ ਸਾਲ ਹੋ ਗਏ ਜੀ ਗਾਇਬ ਹੋਏ ਨੂੰ। ਉਹਦੇ ਨਾਲ ਚੱਕਰ ਆ ਜੀ, ਫਿਰਦਾ ਤੁਰਦਾ ਉਹਦੇ ਨਾਲ ਹੀ ਸੀਗਾ, ਉਹਨੂੰ ਕੁੱਟਦੇ ਮਾਰਦੇ ਆ, ਬੰਨ ਕੇ ਬਿਠਾਇਆ ਕਿਸਮ ਦਾ। ਮਤਲਬ ਤੁਹਾਡਾ ਕਹਿਣਾ ਕਿ ਕੁੜੀ ਵਾਲੇ ਨੇ ਘਰ ਬਿਠਾਇਆ? ਹਾਂਜੀ, ਉਹਨਾਂ ਦੇ ਲੁਕਾ ਕੇ ਰੱਖਿਆ। ਉਹ ਕਹਿੰਦੇ ਵੀ ਮੁੰਡਾ ਘਰੇ ਹੈ ਨਹੀਂ ਸਾਡੇ ਕੋਲ, ਵੀ ਤੁਹਾਡੇ ਕੋਲ ਆਇਆ ਵਾ, ਸਾਡੇ ਕੋਲ ਹੈ ਨਹੀਂ। ਹਾਂਜੀ, ਅਸੀਂ ਲੁਕਾ ਕੇ, ਅਸੀਂ ਬੇਦਖਲ ਕੀਤਾ, ਸਾਡੇ ਕਹਿਣੇ 'ਚ ਨਹੀਂ ਸੀਗਾ। ਅਤੇ ਉਹਨਾਂ ਦੀ ਕੁੜੀ ਵੀ ਮੁੰਡੇ ਦੇ ਨਾਲ ਹੀ ਹੈ? ਜਾਂ ਤਾਂ ਪੈਸੇ ਚਾਹੁੰਦੇ, ਜਾਂ ਫਿਰ ਕਹਿੰਦੇ ਵੀ ਮੁੰਡਾ ਦੋ ਸਾਨੂੰ, ਸਾਡੇ ਕੋਲ ਮੁੰਡਾ ਹੈ ਹੀ ਨਹੀਂ, ਮੁੰਡਾ ਉਹਨਾਂ ਕੋਲ ਹੀ ਹੈ, ਹੁਣ ਸਾਨੂੰ ਦੱਸ। ਹਾਂਜੀ, ਪੁਲਿਸ ਨੂੰ ਆਪਾਂ ਸਵੇਰੇ ਰਿਪੋਰਟ ਕਰਕੇ ਆਏ ਹਾਂ। ਅਸੀਂ ਇਹੀ ਮੰਗ ਕਰਦੇ ਜੀ, ਸਾਨੂੰ ਇਨਸਾਫ਼ ਚਾਹੀਦਾ, ਸਾਡੇ ਨਾਲ ਬਹੁਤ ਬੇਨਿਆਈ ਹੋਈ ਆ। ਹਾਂਜੀ, ਅਤੇ ਅਸੀਂ ਵਾਲ ਵਾਲ ਰਾਤੀ ਬੱਚੇ ਬਚਾਏ ਆ, ਇਹਨਾਂ ਨੇ ਇੱਟਾਂ ਪੱਥਰ ਬਹੁਤ ਚਲਾਏ ਆ, 40-50 ਇਹ ਸਾਰੇ ਮੈਂਬਰ ਆਏ ਸੀ, ਵਿੱਚੇ ਜਨਾਨੀਆਂ ਵਿੱਚੇ ਹੀ ਬੰਦੇ। ਕੱਲ੍ਹ ਨੂੰ ਰੋਡ 'ਤੇ ਜਾਂਦੇ ਉਦੋਂ ਵੀ ਖਤਰਾ? ਹਾਂਜੀ, ਖਤਰਾ ਜੀ ਸਾਨੂੰ, ਖਤਰਾ ਜੀ, ਹਾਂਜੀ ਹਾਂਜੀ, ਖਤਰਾ ਜੀ ਸਾਨੂੰ। ਹਾਂ, ਮੈਂ ਇਸੇ ਜੀਵਨ ਸਿੰਘ, ਥਾਣਾ ਟਿੱਬਾ, ਬਤੌਰ ਤਫਤੀਸ਼ੀ ਲੱਗਿਆ ਹੋਇਆ। ਇੱਕ ਗੀਤਾ ਨਗਰ ਤੋਂ ਕੰਪਲੇਂਟ ਸਾਨੂੰ 25 ਤਰੀਕ ਨੂੰ ਮਿਲੀ ਸੀ, ਹਰਪਾਲ ਸਿੰਘ ਨੇ ਲਿਖਾਈ ਆ, ਉਹਦੀ ਪੜਤਾਲ ਕਰ ਰਹੇ ਹਾਂ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਕੀਤੀ ਜਾਊਗੀ।